मैं किरण दी पंजाब टाइम्स टीवी दे विच तुहाडा स्वागत करदी हां। जिस तरीके ना बड़े पैमाने ते हांजी सर वोटां बनियां ने हांजी 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 बड़ी दुखदाई गल है। हांजी हांजी श्रोमणी गुरुद्वारा प्रबंधक कमेटी दे प्रधान सरदार अवतार सिंह मक्कड़ दा जिहड़ा उहनां दा निजी हरक है इसे तरीके ने कल अमृतसर सज्जना ने ਡੀਸੀ ਸਾਹਿਬ ਦੇ ਬੰਦਿਆਂ ਨੂੰ ਜਾ ਕੇ ਉਹ ਥਾਵਾਂ ਦਿਖਾ ਦਿਆਂ ਇਹ ਖਾਲੀ ਪਲਾਟ ਪਏ ਨੇ ਉਹ ਪਲਾਟ ਦੇ ਨਾਂ ਤੇ 250-300 ਵੋਟਾਂ ਬਣੀਆਂ ਪਈਆਂ ਨੇ ਸਿਰ 5 ਦਿਨਾਂ ਦੇ ਵਿੱਚ 30-32 ਲੱਖ ਵੋਟ ਪਾ ਜਾਣੀ ਇਹਦਾ ਸੰਕੇਤਕ ਹੈ ਬੜਾ ਕਲੀਅਰ ਸੰਕੇਤਕ ਹੈ ਕਿ ਕਿਸ ਤਰੀਕੇ ਨਾਲ ਘੁਸਪੈਠ ਹੋ ਰਹੀ ਹੈ ਕਿ ਸਿੱਖ ਵੋਟਰਾਂ ਦੀ ਆਈਡੀ ਬਣਨੀ ਚਾਹੀਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਹੀ ਜਿੰਨੀਆਂ ਵੀ ਜ਼ਿੰਮੇਵਾਰ ਧਿਰਾਂ ਨੇ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਲੜਨੀ ਹੈ ਆਪਣੇ ਵਕਤ ਲਿਜਾ ਕੇ ਹਲੋ ਲੈਟਰ ਲੈ ਕੇ ਸਾਰਿਆਂ ਨੇ ਇਸ ਗੱਲ ਦੀ ਡਿਮਾਂਡ ਕੀਤੀ ਹੈ ਕਿ ਜੇ ਬਾਕੀ ਦੀਆਂ ਵੋਟਾਂ ਲਈ ਆਈਡੀ ਕਾਰਡ ਬਣ ਸਕਦੇ ਤਾਂ ਸਿੱਖਾਂ ਦੇ ਲਈ ਤਾਂ ਜ਼ਰੂਰੀ ਨੇ ਕਿਉਂਕਿ ਸਿੱਖ ਦੀ ਪਹਿਚਾਣ ਵੋਟਰ ਨਾਲ ਹੀ ਹੁੰਦੀ ਹੈ ਵੀ ਦਾੜੀ ਕੇਸ ਹੈਗੀ ਹੈ ਨਹੀਂ ਹੈਗੀ ਜਦੋਂ ਸਾਡੀ ਉਹ ਗੱਲ ਇਲੈਕਸ਼ਨ ਕਮਿਸ਼ਨ ਨੇ ਨਾ ਸੁਣੀ ਤਾਂ ਸਾਨੂੰ ਹਾਈ ਕੋਰਟ ਦਾ ਦਰਵਾਜ਼ਾ ਵੀ ਖੁੱਲ੍ਹਾਉਣਾ ਪਿਆ ਔਰ 12ਵੇਂ ਮਹੀਨੇ 12 ਤਰੀਕ ਨੂੰ ਠੀਕ ਇਸ ਮੁੱਦੇ ਤੇ ਆਈਡੀ ਤੇ ਇਹ ਹੁਣ ਜਿਹੜੇ ਸਾਰਾ ਕੁਝ ਆ ਗਿਆ ਸੀ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖਤਾ ਸੀ ਡੀਸੀ ਸਾਹਿਬਾਨ ਨੂੰ ਵੀ ਸਾਰੀਆਂ ਦੇ ਰਹੇ ਆ ਤੇ ਅਸੀਂ ਇਹ ਸਾਰਾ ਮੁੱਦਾ ਲੈ ਕੇ ਜੇ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਉਸ ਰਿਟ ਦੇ ਨਾਲ ਅਸੀਂ ਇਹਨੂੰ ਵੀ ਅਪੀਲ ਕਰਾਂਗੇ ਕਿ ਇਸ ਗੱਲ ਦੇ ਉੱਤੇ ਗੌਰ ਕੀਤੀ ਜਾਵੇ ਇਸ ਗੱਲ ਦਾ ਫੈਸਲਾ ਕਰਾਂਗੇ ਸਾਨੂੰ ਇਸ ਗੱਲ ਤੋਂ ਕੋਈ ਗਰੇਜ ਨਹੀਂ ਕਹਿਣ ਤੋਂ ਜੋ ਅਸੀਂ ਆਸ ਇਲੈਕਸ਼ਨ ਕਮਿਸ਼ਨ ਤੋਂ ਸਮਝਦੇ ਹਾਂ ਉਹ ਸਾਨੂੰ ਸ਼ਾਇਦ ਪੂਰੀ ਨਾ ਹੋਵੇ ਕਿਉਂਕਿ ਉਹ ਇੱਕ ਪਾਸੇ ਹੀ ਗੱਲ ਕਰਦੇ ਆਉਂਦੇ ਆ ਤੇ ਇੱਕ ਪਾਸੇ ਦੀ ਗੱਲ ਕਰਦੇ ਆ ਸਾਨੂੰ ਲੱਗਦਾ ਉਹ ਇਸ ਤਰੀਕੇ ਨਾਲ ਕਰਨਗੇ ਕਿਉਂਕਿ ਉਹਨਾਂ ਦੀਆਂ ਵੀ 100 ਲੋੜਾਂ ਹੋ ਸਕਦੇ ਆ ਕੋਈ ਗੱਲ ਵਿਸ਼ਵਾਸ ਨਹੀਂ ਹੈਗਾ ਤੁਹਾਨੂੰ 53 ਲੱਖ ਦੇ ਸਮਥਿੰਗ ਹੈ ਜੇ ਆਈ ਕਾਰਡ ਬਣਦੇ ਤਾਂ ਮੇਰੇ ਹਿਸਾਬ ਨਾਲ 30 ਲੱਖ ਦੇ ਉੱਤੇ ਨਹੀਂ ਬਣ ਸਕਦੇ ਸਾਡੇ ਸ਼੍ਰੋਮਣੀ ਜਿਹੜੀ ਆਪਣੇ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦੇ ਹਲਕੇ ਦੇ ਵਿੱਚ 6585 ਕਿੰਨੀਆਂ ਸਮਥਿੰਗ ਵੋਟਾਂ ਨੇ ਜਿਹੜੀਆਂ ਉੱਥੇ ਬੁਕਸ ਪਈਆਂ ਗਈਆਂ ਜਿਨ੍ਹਾਂ ਦਾ ਕੋਈ ਨਾ ਤਾਂ ਮਕਾਨ ਨੰਬਰ ਆ ਨਾ ਗਲੀ ਦਾ ਨਾਂ ਨਾ ਕੋਈ ਦੂਜਾ ਇੱਕ ਮਹੱਲਾ ਲਿਖਦਾ ਮਹੱਲਾ ਫਲਾਨਾ ਫਲਾਨਾ ਸਿੰਘ ਮਹੱਲਾ ਫਲਾਨਾ ਉਹ ਸਾਰੀਆਂ ਬੁਕਸ ਵੋਟਾਂ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਕੱਲ੍ਹ ਕਲਕੱਤਾ ਸਾਹਿਬ ਨੇ ਉਹ ਥਾਂ ਦਿਖਾ ਤੇ ਜਿਨ੍ਹਾਂ ਦੇ ਐਡਰੈਸ ਦਿੱਤੇ ਗਏ ਉਹ ਖਾਲੀ ਪਲਾਟ ਪਏ ਨੇ ਬੰਜਰ ਜਾਂ ਜਿਨ੍ਹਾਂ ਨੂੰ ਤਾਲੇ ਲੱਗੇ ਕੋਈ ਰਹਿੰਦਾ ਹੀ ਨਹੀਂ ਆ 300-300 ਵੋਟ 400-400 ਵੋਟ ਬਣਾਈ ਪਈ ਹੈ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਇਹ ਬਹੁਤ ਵੱਡੇ ਪੱਧਰ 'ਤੇ ਹੋਈ ਹੈ ਜੇ ਮੈਂ ਗੱਲ ਨੂੰ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਵੀ ਜਿਹੜੀ 4 ਦਿਨਾਂ 'ਚ ਵੋਟਾਂ 35 ਲੱਖ ਵੋਟ ਬਣੀ ਆ ਉਹ ਸਾਰੀਆਂ ਬੋਕਸ ਹੀ ਬਣੀਆਂ ਨੇ ਪ੍ਰੈਸ ਵਾਲਿਆਂ ਨੇ ਦੇਖੀ ਪ੍ਰੈਸ ਵਾਲਿਆਂ ਨੇ ਕੋਈ ਲਾਈਨ ਲੱਗੀ ਨਹੀਂ ਦੇਖੀ ਕਿਤੇ ਰੌਲਾ ਰੱਪਾ ਨਹੀਂ ਪਿਆ ਕਿਸੇ ਅਫਸਰ ਨੇ ਸ਼ਿਕਾਇਤ ਨਹੀਂ ਕੀਤੀ ਵੀ ਲਓ ਜੀ ਮੈਂ ਤਾਂ ਰਾਤ ਦੇ 12 ਵਜ ਕੇ ਮੈਂ ਕਿੱਥੇ ਜਾਵਾਂ ਕੀ ਆ ਕੀ ਨਹੀਂ ਉਹ 35 ਲੱਖ ਬੰਦਾ ਕਿਵੇਂ ਆ ਗਿਆ ਕਿਵੇਂ ਜਦੋਂ ਕਿ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਬੜਾ ਕਲੀਅਰ ਸੀ ਵੀ ਇਕੱਲਾ ਇਕੱਲਾ ਆ ਕੇ ਵੋਟ ਦੇਊਗਾ ਫਿਰ ਕਹਿੰਦਾ ਪਰਿਵਾਰ ਦੂਜੇ ਪਰਿਵਾਰਾਂ ਨੇ ਵੀ ਦਿੱਤੇ ਤਾਂ 35 ਲੱਖ ਫਾਰਮ ਲੈਣਾ ਕੋਈ ਛੋਟੀ ਗੱਲ ਨਹੀਂ ਹੈ ਪੰਜਾਬ ਟਾਈਮਸ ਟੀਵੀ ਤੁਹਾਨੂੰ ਸਮਾਜ ਦੇ ਹੋਰ ਵੀ ਪਹਿਲੂਆਂ ਬਾਰੇ ਜਾਣੂ ਕਰਵਾਉਂਦਾ ਰਹੇਗਾ ਸੋ ਦੇਖਦੇ ਰਹੋ ਪੰਜਾਬ ਟਾਈਮਸ ਟੀਵੀ